You are watching Channel Y. Channel Y, a South Asian Canadian channel. Y Media Group ਦੇ ਸਾਰੇ ਹੀ ਦਰਸ਼ਕਾਂ ਨੂੰ ਇੰਦਰਜੀਤ ਸਿੰਘ ਬਖਸ਼ਰੋ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੋਸਤੋ। 29ਵਾਂ ਦਿਨ ਹੈ ਤੇ ਤੁਸੀਂ ਵੇਖ ਪਾ ਰਹੇ ਹੋ ਕਿ ਲੰਗਰ ਦੀ ਸੇਵਾ ਜਿਹੜੀ ਹੈਗੀ ਹੈ ਉਹ ਲਗਾਤਾਰ ਜਾਰੀ ਹੈਗੀ ਹੈ। ਚਾਹੇ ਲੰਗਰ ਦੀ ਸੇਵਾ ਜਿਹੜੀ ਹੈ ਉਹ ਕਾਰ ਸੇਵਾ ਵੱਲੋਂ ਹੋਵੇ ਜਾਂ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਤੋਂ ਆਏ ਲੰਗਰਾਂ ਤੋਂ ਹੋਵੇ, ਤੁਸੀਂ ਦੇਖ ਪਾ ਰਹੇ ਹੋ ਕਿ ਆਹ ਸਾਡੇ ਬਜ਼ੁਰਗ ਜਿਹੜੇ ਨੇ ਉਹ ਉਰੇ ਆ ਕੇ ਜਿਹੜਾ ਉਹ ਆਉਣ ਵਾਲੀ ਸੰਗਤ ਦੇ ਲਈ ਜਿਹੜੀ ਆ ਉਹ ਲੰਗਰ ਦੀ ਤਿਆਰੀ ਕਰ ਰਹੇ, ਕਿਉਂਕਿ 4 ਵੱਜ ਚੁੱਕੇ ਨੇ ਅਤੇ ਸ਼ਾਮ ਦਾ ਵੇਲਾ ਵੀ ਆ ਅਤੇ ਵੱਡੀ ਤਾਦਾਦ ਦੇ ਵਿੱਚ ਕਿਸਾਨ ਪੰਡਾਲਾ ਤੋਂ ਉੱਠ ਕੇ ਉਰੇ ਆਉਣਗੇ। ਅਤੇ ਇਹ ਜਿਹੜੀ ਲੰਗਰ ਸੇਵਾ ਜਿਹੜੀ ਆ ਹੈ ਪੰਥ ਰਤਨ ਬਾਬਾ ਹਰਬੰਸ ਸਿੰਘ ਜੀ ਅਤੇ ਬਾਬਾ ਬਚਨ ਸਿੰਘ ਜੀ ਅਤੇ ਬਾਬਾ ਮਹਿੰਦਰ ਸਿੰਘ ਜੀ ਉਹਨਾਂ ਵੱਲੋਂ ਉਰੇ ਲਗਾਈ ਗਈ ਹੈ। ਬਾਬਾ ਜੀ ਉਰੇ ਖੁਦ ਬੈਠੇ ਨੇ, ਉਹਨਾਂ ਨਾਲ ਵੀ ਗੱਲਬਾਤ ਕਰਾਂਗੇ, ਕਿਉਂਕਿ ਕਾਰ ਸੇਵਾ ਜਿਹੜੀ ਹੈਗੀ ਆ ਉਹ ਜ਼ਿਆਦਾਤਰ ਅਸੀਂ ਵੇਖਦੇ ਹਾਂ ਕਿ ਗੁਰਦੁਆਰਿਆਂ ਦੇ ਵਿੱਚ ਜਿਹੜੀ ਉਹਨਾਂ ਵੱਲੋਂ ਕੀਤੀ ਜਾਂਦੀ ਹੈ, ਪਰ ਜਦੋਂ ਤੋਂ 29 ਦਿਨ ਹੋ ਚੁੱਕੇ ਨੇ ਉਰੇ ਲੰਗਰ ਦੀ ਸੇਵਾ ਨੂੰ ਵੱਖ ਵੱਖ ਜਥੇਬੰਦੀਆਂ ਵੱਲੋਂ ਕੀਤਾ ਜਾ ਰਿਹਾ। ਅਤੇ ਹੁਣ ਦੇਖਦੇ ਹਾਂ ਕਿ ਬਾਬਾ ਜੀ ਉਰੇ ਕੀ ਕਹਿੰਦੇ ਨੇ। ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਬਾ ਜੀ ਕਦੋਂ ਤੋਂ ਜਿਹੜੀ ਇਹ ਸੇਵਾ ਲਗਾਈ? ਸਤਿ ਸ਼੍ਰੀ ਅਕਾਲ ਬਾਬਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਕਾਰ ਸੇਵਾ ਜਿਹੜੀ ਉਰੇ ਚੱਲ ਰਹੀ ਹੈਗੀ ਆ, ਕਦੋਂ ਤੋਂ ਜਿਹੜੀ ਹੈ ਕਾਰ ਸੇਵਾ ਉਰੇ ਜਿਹੜੀ ਹੈਗੀ ਆ ਸਿੰਘੂ ਬੋਰਡਰ 'ਤੇ ਸਟਾਰਟ? 26 ਤਰੀਕ ਤੋਂ ਆਇਆ ਜੀ ਵਾਹਿਗੁਰੂ ਜੀ। 25 ਤਰੀਕ ਨੂੰ ਅਸੀਂ ਆਏ ਸਾਂ, 26 ਤਰੀਕ ਨੂੰ ਸ਼ੁਰੂ ਕੀਤੀ ਹੈ। ਉਸ ਦਿਨ ਦਾ ਸੰਯੋਗ ਸੰਗਤ ਦਾ ਮਿਲ ਰਿਹਾ, ਸੇਵਾ ਚੱਲ ਰਹੀ, ਲੰਗਰ ਪਾਣੀ ਦਾ ਜੀ ਚੱਲ ਰਿਹਾ। ਜਿੰਨਾ ਚਿਰ ਸੰਗਤ ਬਹੂਗੀ, ਸੰਯੋਗ ਮਿਲੂਗਾ, ਲੰਗਰ ਪਾਣੀ ਦਾ ਅਸੀਂ ਕਰਾਂਗੇ ਜਿੰਨਾ ਚਿਰ ਹੋਊਗਾ ਜੀ। ਬਾਬਾ ਜਿਵੇਂ ਕਿਸਾਨੀ ਮੋਰਚੇ ਪਹਿਲਾਂ ਆਪਾਂ ਦੇਖਦੇ ਸੀ, ਪਹਿਲਾਂ ਆਈ ਥਿੰਕ ਮੇਰੇ ਮੈਂ ਤਾਂ ਸ਼ਾਇਦ ਪੈਦਾ ਵੀ ਨਹੀਂ ਹੋਇਆ ਹੋਊਗਾ, ਉਸ ਤੋਂ ਪਹਿਲਾਂ ਦੇ ਮੋਰਚੇ ਜਿਹੜੇ ਪਹਿਲਾਂ ਲੱਗੇ ਹੈਗੇ ਆ, ਉਸ ਤੋਂ ਬਾਅਦ ਇਸ ਵਾਰ ਜਿਹੜਾ ਹੈਗਾ 2020 ਦੇ ਵਿੱਚ ਕਿਸਾਨੀ ਮੋਰਚਾ ਜਿਹੜਾ ਲੱਗਿਆ ਹੈਗਾ, ਕਾਰ ਸੇਵਾ ਲੱਗੀ ਹੋਈ ਹੈ, ਤੁਹਾਨੂੰ ਲੱਗਦਾ ਕਿ ਕਿਸ ਤਰ੍ਹਾਂ ਡਿਫਰੈਂਸ ਵੇਖਦੇ ਹੈਗੇ ਹੋ? ਜੇ ਆਪਾਂ ਪਹਿਲਾਂ ਮੈਨੂੰ ਲੱਗਦਾ ਕਿ ਮੈਂ ਤਾਂ ਦੇਖਿਆ ਨਹੀਂ ਹੈਗਾ ਮੋਰਚਾ, ਹੁਣ ਦਾ ਮੋਰਚਾ ਜਿਹੜਾ ਦੇਖ ਕੇ ਕੀ ਕਹੋਗੇ ਉਹਨਾਂ ਦੇ? ਪਹਿਲਾਂ ਇਹੋ ਜਿਹਾ ਮੋਰਚਾ ਲੱਗਾ ਹੀ ਨਹੀਂ ਕਦੇ ਜੀ, ਨਾ ਕਿਸੇ ਨੇ ਵੇਖਿਆ ਹੀ ਆ। ਪਹਿਲੀ ਵਾਰ ਇਹੋ ਜਿਹਾ ਮੋਰਚਾ ਲੱਗਾ, ਸੰਗਤ ਦਾ ਸਹਿਯੋਗ ਮਿਲਿਆ, ਇਹਦੇ ਨਾਲ ਸੰਗਤ ਵੀ ਇਕੱਠੀ ਹੋ ਗਈ, ਸਾਰਾ ਸਹਿਯੋਗ ਹੋ ਗਿਆ ਜੀ। ਪਹਿਲਾਂ ਆਪਣੀ ਸੰਗਤ ਅਲੱਗ ਅਲੱਗ ਹੋਈ ਫਿਰਦੀ ਸੀ, ਇਹਦੇ ਨਾਲ ਸਾਰੀ ਸੰਗਤ ਸਿੱਖ ਧਰਮ ਇੱਕ ਹੋ ਗਿਆ, ਸਭ ਅੱਗੇ ਆਉਂਦੇ ਹਿੰਦੂ ਇੱਕ, ਮੁਸਲਮਾਨ ਅਲੱਗ ਅਲੱਗ, ਫਿਰਦੇ ਭਰਾ ਸਾਰੇ ਮਿਲ ਗਏ ਜੀ। ਹੁਣ ਤਾਂ ਹੁਣ ਇਕੱਠਾ ਹੋਇਆ ਮੋਰਚਾ, ਇਹਦੇ ਨਾਲ ਸਹਿਯੋਗ ਮਿਲਿਆ। ਲੱਗਦਾ ਹੈ ਕਿ ਕਿਤੇ ਨਾ ਕਿਤੇ ਸਰਕਾਰ ਨੇ ਜਿਹੜੇ ਪੰਜਾਬੀ ਵੱਖੋ ਵੱਖਰੇ ਦਿਖਦੇ ਸੀ ਉਹ ਇਕੱਠੇ ਕਰ? ਜੀ ਹਾਂਜੀ, ਉਹ ਵੇਖੋ ਜੀ, ਜੇ ਇੱਕ ਬੰਨੇ ਚੰਗਾ ਪੱਖ ਵੀ ਤੇ ਇੱਕ ਬੰਨੇ ਮਾੜਾ ਪੱਖ ਵੀ ਹੁੰਦਾ, ਚੰਗਾ ਵੀ ਵੱਖ ਮਿਲ ਗਿਆ, ਇੱਕ ਬੰਨੇ ਭਰਾ ਨੂੰ ਭਰਾ ਵੀ ਮਿਲ ਗਿਆ ਆ। ਜੇ ਉਹਨਾਂ ਮਾੜਾ ਸੋਚਿਆ, ਜੋ ਸਰਕਾਰ ਨੇ ਕੁਛ ਕਰਿਆ ਕਿ ਆਪਣਾ ਭਰਾ ਮਿਲ ਗਿਆ ਜੀ, ਅਤੇ ਆਪੇ ਗੁਰੂ ਮਹਾਰਾਜ ਕਿਰਪਾ ਕਰੂ ਸਤਿਗੁਰੂ। ਲੱਗਦਾ ਕਿ ਕਿਉਂਕਿ 29 ਦਿਨ ਹੋ ਅੱਜ 29ਵਾਂ ਦਿਨ ਹੈਗਾ, ਅਤੇ ਕਦੋਂ ਤੱਕ ਜਿਹੜਾ ਹੈਗਾ ਚੱਲੂ? ਇਹਦੇ ਵੀ ਹੁਣ ਸਰਕਾਰ ਨੂੰ ਇਹ ਹੁਣ ਸੰਗਤ ਨੂੰ ਇਹ ਦਾਣੇ ਪਾਣੀ ਨੂੰ ਅਸੀਂ ਦਿੰਦੇ ਹਾਂ, ਜਿੰਨਾ ਚਿਰ ਆਪਾਂ ਸੰਗਤ ਦਾ ਇਕੱਠਾ ਦਾਣਾ ਪਾਣੀ ਲਿਖਿਆ ਛਕੀ ਜਾਂਦੇ ਹਾਂ, ਅਤੇ ਕਰੂਗੀ ਸਰਕਾਰ, ਹੋਊਗਾ ਸ਼ਕਰ ਮਹਾਰਾਜ ਦੇ, ਕਰੂ ਇਹ ਕਾਰੋਬਾਰ ਹੋਣਾ ਹੀ ਪੂਰੇ ਜੀ, ਇਹ ਤਾਂ ਹੋਣਾ ਹੀ ਹੈ। ਲੰਗਰ ਦੀ ਸੇਵਾ ਵੀ ਤਦ ਤੱਕ ਜਾਰੀ ਹੈ? ਲੰਗਰ ਤਾਂ ਜਿੰਨਾ ਤੱਕ ਹੁਣ ਸੰਗਤ ਰਹੂ, ਲੰਗਰ ਜਾਰੀ ਰਹੂਗਾ ਜੀ, ਇੰਨਾ ਸਹਿਯੋਗ ਦੇਵਾਂਗੇ ਲੰਗਰ ਦੀਆਂ ਸੰਗਤ ਦਾ ਕਰਾਂਗੇ, ਜਿੰਨਾ ਤੱਕ ਹੋਏਗਾ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਵਾਹਿਗੁਰੂ ਜੀ ਕੀ। ਕਿੱਥੋਂ ਹੈ ਵੀਰੇ? ਢੁੱਡੀ ਗਏ, ਮੋਗਾ। ਕਦੋਂ ਤੋਂ ਆਏ ਹੋਏ ਹੋ? ਸਾਨੂੰ ਜੀ ਅਸੀਂ ਪਹਿਲਾਂ ਵੀ 9 ਦਿਨ ਲਾ ਕੇ ਗਏ ਸੀ, ਹੁਣ ਫਿਰ ਆਏ ਹਾਂ ਅਸੀਂ 22 ਤਰੀਕ ਨੂੰ ਜੀ। ਹਾਂਜੀ, ਕੀ ਲੱਗਦਾ ਕਿਉਂਕਿ ਜਦੋਂ ਤੁਸੀਂ ਵਾਪਸ ਜਾਂਦੇ ਹੋ ਤਾਂ ਪਿੰਡਾਂ ਵਾਲੇ ਤੁਹਾਨੂੰ ਪੁੱਛਦੇ ਵੀ ਹੋਣਗੇ ਕਿ ਭਾਈ ਉੱਥੇ ਕਿਸ ਤਰ੍ਹਾਂ ਦਾ ਮਾਹੌਲ ਹੈਗਾ, ਉੱਥੇ ਦਾ ਕਰੇਜ਼ ਕੀ, ਉਰੇ ਦਾ ਕਰੇਜ਼ ਕਿੰਨਾ ਕੁ ਫਰਕ ਲੱਗ ਰਿਹਾ? ਸਾਡੇ ਜਿਹੜੇ ਨਾਲ ਦੇ ਫਰੈਂਡ ਆ ਸਾਰੇ ਚਾਹੁੰਦੇ ਆ ਇੱਥੇ ਆਉਣਾ, ਅਤੇ ਜਾਣੀ ਕਿ ਮੈਂ ਆਪਦਾ ਹੀ ਦੱਸ ਦਿੰਦਾ, ਮੈਂ ਹਜੇ 2 ਕੁ ਦਿਨ ਹੋਏ ਸੀ ਪਿੰਡ ਗਏ ਨੂੰ, ਵਾਪਸ ਮੇਰੇ ਆਪਦੇ ਘਰ ਦੇ ਕਹਿਣ ਲੱਗ ਗਏ ਤੂੰ ਪਿੰਡ ਕਾਹ ਤੋਂ ਆਇਆ, ਕਿ ਇੱਥੇ ਵੀ ਵਿਹਲਾ ਫਿਰਨਾ ਤੂੰ ਉੱਥੇ ਜਾ ਸੰਘਰਸ਼ 'ਚ। ਹਾਂਜੀ, ਵਧੀਆ ਲੱਗਦਾ, ਬਹੁਤ ਵਧੀਆ ਜੀ ਇੱਥੇ ਮਾਹੌਲ, ਬਹੁਤ ਵਧੀਆ। ਦੇਖੋ ਤੁਹਾਡੀ ਜਿੰਨੀ ਕੁ ਤੁਹਾਡੀ ਉਮਰ ਹੈਗੀ ਹੈ, ਠੀਕ ਹੈ, ਪਹਿਲਾਂ ਤੁਸੀਂ ਇਸ ਤਰ੍ਹਾਂ ਦਾ ਸੰਘਰਸ਼ ਨਹੀਂ ਵੇਖਿਆ ਹੋਣਾ, ਇਸ ਵਾਰੀ ਜਦੋਂ ਤੁਸੀਂ ਸੰਘਰਸ਼ ਦੇ ਵਿੱਚ ਆਇਓ ਕੀ ਵੇਖ ਰਹੇ ਹੋ, ਮਤਲਬ ਕੀ ਨੌਜਵਾਨ ਜਿਹੜਾ ਹੈਗਾ ਸਿੱਖ ਰਿਹਾ? ਕਿਉਂਕਿ ਪੰਜਾਬ ਦੇ ਨੌਜਵਾਨ ਨੂੰ ਲੈ ਕੇ ਬੜੀਆਂ ਫਿਲਮਾਂ ਵੀ ਬਣੀਆਂ, ਬਹੁਤ ਗਲਤ ਪ੍ਰਚਾਰ ਵੀ ਹੋਇਆ ਹੈਗਾ ਉਸ ਨੂੰ ਲੈ ਕੇ ਜੀ? ਇੱਥੇ ਜਿਵੇਂ ਸਾਰਿਆਂ ਦਾ ਇੱਕ ਆ, ਜਾਣੀ ਕਿ ਪੰਜਾਬ ਹਰਿਆਣਾ ਵਾਲੇ, ਜਾਣੀ ਕਿ ਜਿਵੇਂ ਸਰਕਾਰਾਂ ਦੱਸਦੀਆਂ ਸੀ ਇੱਕ ਦੂਜੇ ਨੂੰ ਵੱਖੋ ਵੱਖ ਕਰਦੇ ਸੀ, ਹੁਣ ਸਾਰੇ ਇੱਕ ਆ, ਸਾਰਿਆਂ ਨੂੰ ਪਤਾ ਲੱਗਦਾ ਕਿ ਕਿਵੇਂ ਇੱਕ ਦੂਜੇ ਦਾ ਸਾਥ ਦਿੰਦੇ ਆ ਇੱਥੇ। ਹੋਰ ਜਿਵੇਂ ਤੁਸੀਂ ਉਰੇ ਆ ਜਾਂਦੇ ਹੋ, ਹੈ ਨਾ, ਬਜ਼ੁਰਗ ਵੀ ਆਏ ਹੋਏ ਆ ਉਰੇ, ਤਾਂ ਪਿੱਛੋਂ ਫਿਰ ਘਰ ਦੇ ਕੰਮ ਕਿਵੇਂ ਚੱਲਦੇ ਆ? ਘਰ ਦੇ ਕੰਮ ਜੀ, ਸਾਡੇ ਘਰ ਦੇ ਪਿੰਡ ਹੀ ਆ ਜੀ, ਬਣੇ ਨਹੀਂ ਬੋਲੇ ਇੱਧਰ। ਹਾਂਜੀ, ਪਿੰਡ ਪਿੱਛੇ ਦੇਖੋ ਜੀ, ਜਿਹੜੇ ਪਿਛਲੇ ਕੰਮਾਂ ਤੋਂ ਚੱਲੀ ਜਾਣੇ ਜੀ, ਸਭ ਤੋਂ ਮੇਨ ਜਿਹੜਾ ਆਪਣਾ ਟਾਰਗੇਟ ਇਹੀ ਆ, ਕਿਉਂਕਿ ਜੇ ਕਿਸਾਨੀ ਆ ਫਿਰ ਆਪਾਂ ਨਾਲ ਹੀ ਉਹਨਾਂ ਦੇ ਨਾਲ ਹੀ, ਹੈ ਨਾ। ਹੁਣ ਜੇ ਇੱਥੋਂ ਵੇਖੋ ਜੀ, 90-90 ਸਾਲ ਦੇ ਬਜ਼ੁਰਗ ਵੀ ਬੈਠੇ ਆ, 5-5, 6-6 ਸਾਲਾਂ ਦੇ ਬੱਚੇ ਵੀ ਇੱਥੇ ਆਏ ਹੋਏ ਆ, ਇੱਥੇ ਬੱਚੇ ਦੇ ਜਨਮਦਿਨ ਵੀ ਇੱਥੇ ਮਨਾਏ ਗਏ ਆ, ਦੁੱਖ ਤਕਲੀਫਾਂ ਵਾਲੇ ਵੀ ਬੰਦੇ ਇੱਥੇ, ਹੈ ਨਾ, ਚਲੋ ਬੇਚਾਰੇ ਬੰਦੇ ਸ਼ਹੀਦ ਵੀ ਹੋ ਗਏ ਆ, ਬਹੁਤ ਮੁਸ਼ਕਲਾਂ ਹੋਈਆਂ,
पर फिर भी तो डटे हुए हैं। बाबा जी हरबंस सिंह इतने लंगर चली आता, कार सेवा वाले बाबा जी का मंगला साहब गुरुद्वारे तो इन्हों भी इदा निरंतर चली आता। हूँ असी साढ़ा चौथा गेड़ा जी इतों अभी पहले 8-9 दिन रह के गए हैं, फिर पिंड चले गए 2-3 दिन बाद फिर असी आए इतने नवा जत्था फिर आता फिर चले जाने। पर सानू यही लगता कि यह बड़ा लंबा चलूगा क्योंकि जत्थेबंदियां ने पूरा यह दिल्ली में समझ लो घेरिया होया ही आ, सारे पासों आवाजाई बंद की हुई आ। पर हुण मोदी भी आदे अपने आया होया वा जद दे सीगा कि भाई मैं ये करनी नहीं, पर हुण कही जांदा वा कि मैं सोध करदा, कोई लंबा टाइम नहीं चलूगा यह, थोड़े दिनों तक ही वधिया रिजल्ट निकलूगा। सो अं तो यही कहने इनू कि भाई आदा सीधा हो के जी आगे आ कानून जोड़े है दफा कानून रद्द कर पासे, तो भाई जो किसान इतने बैठे बजुर्ग बेचारे इन्नी ठंड हैगी बेचारे आदि घरों जा एक कड़ा तेरे तो कोई चीज़ इदा की मंग आपका इंसाफ मंगते हैं, साडिया चीज़ा साडा तो अधिकार आ, तू कौन तेरा तो ये जो नहीं किसान आपकी खेतीबाती करते सारे उठते रात कहीं 12 बजे लैट आँदी, कहीं 3 बजे कोई 2 बजे किमें लैट आँदी, आप बेचारा उठता अलार्म अलार्मा लाने घर के ठाते उन्होंने खेत जाके पेंदे आ, कोई रोटी दानी कोई है ना पिछे पता नहीं किदा का ज्यादा समान चाहे खाण पीन वास्ते, अच्छा ये सामने मूँह तो चपेड़ वाली गल ही पई है। पर इन हम शर्म होनी चाहिए आ कि यह चीज़ में आदा पासे हट के इन्हों इंसाफ दे किसानों बेचारों आदि घरें जा पिछे बच्चे आ बजुर्ग माता बेचारियां डीकी जाएंगे भी साढ़े घर के उत्ते गए हालात बंद किदा के हो गए ना कि कहते गोली चलण का डर आ क्योंकि जड़ियाँ गलत हवावं बहुत बंदे लड़ाई जाते हैं तो गोली चल जाने लैट बत्ती चली जानी है जो उत्थे आ हो अच्छे कुछ नहीं होना, पर जे कुछ होगा फिर एड्डी नहीं कोई गल जत्थेबंदियां मूहरे नैक सिंह बैठे कहते कोई गल नहीं सतू मूहरे असं खड़े हैं एड्डी नहीं गल अगे भी अभी बहुत दिल्ली कोई बड़ी वीड्डी गल नहीं जो मर्जी आप जत्ती अगे भी जत्ती 18 बारी आप एक टुकट एक जी है आप सारे जड़े एक आवाज़ यह कही कि टुकट ये जी चीज़ा आप नौबत ही ना आवे इस तरह की क्यों ना शांति के नाल ही जोड़ा है सारा हल कटे जा। देखो जी हुण कि टाइम हो गया बिल्कुल शांति आ क्योंकि जी रौला पैना हुंदा सी हुणू पैणे क्योंकि नौ देखो अपने चुप रहण नाल अज पूरा वर्ल्ड दे विच पंजाबियां दी वक्री ही जिहड़ी हैगी आ उह जिहड़ी हाँ जी वेखो हुण आल वार्ड दे विच ही होया पिया, बाहर भी लोकां ने धरने लाए रोस मार्च कढ़ी जांदे आ आपदियां ट्रैक्टर गड्डियां आवाजाई साधन सब बिल्कुल आपदे पूरे कढ़े होए आ, ते जिहड़ियां बाहरलियां सरकारां उहनां ने भी अपना पूरा साथ दित्ता होया वा, ते असीं तां इही कहिंदे आ भाई तूं आपदा जिहड़ा भी इंसाफ सानूं दे ते असीं आपदे घरे जाईए। बिल्कुल जी इस नौजवान तो बाबा जी उन्हों का जो लंगर जोड़ा है वह लगाया गया है, तुम भी वेख्या तस्वीर के हूँ असी भी जोड़ा है अज वापस चले जावे तो कोशिश करा कि चैनल वाई जोड़ा है लगातार तुहानू इसकी अपडेट जी है वह लगातार देता रहेगा। दिल्ली तो कैमरामैन कमल के नाल इंद्रजीत बख्शी चैनल वाई दे। यू आर वॉचिंग चैनल वाई, चैनल वाई, अ साउथ एशियन कनेडियन चैनल।